ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ ਕਿ ਤਰਨ ਤਾਰਨ ਸਾਹਿਬ ਵਿਖੇ ਦਰਸ਼ਨੀ ਰਿਓੜੀ ਬੜੀ ਹੀ ਬੇਰਹਿਮੀ ਦੇ ਨਾਲ ਅੱਧੀ ਰਾਤ ਨੂੰ ਢਾਹ ਦਿੱਤੀ ਗਈ ਸੀ, ਜਿਸ ਤੋਂ ਬਾਅਦ SGPC ਪ੍ਰਧਾਨ ਨੇ ਕਈ ਮੈਂਬਰਾਂ ਦੀ ਕਮੇਟੀ ਬਣਾ ਕੇ ਜਾਂਚ ਦੀ ਵੀ ਗੱਲ ਕਹੀ ਸੀ। ਪਰ ਆਓ ਤੁਹਾਨੂੰ ਆਪਣੇ ਪੰਥਕ ਆਗੂਆਂ ਦੇ ਅਸਲੀ ਚਿਹਰੇ ਵਿਖਾਉਂਦੇ ਹਾਂ ਕਿ ਆਖਰ ਇਤਿਹਾਸਿਕ ਇਮਾਰਤਾਂ ਢਹਿ ਢੇਰੀ ਹੋਣ ਤੋਂ ਬਾਅਦ ਜਦੋਂ ਇਹ ਮੀਡੀਆ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਦੇ ਚਿਹਰੇ ਦੇ ਉੱਤੇ ਕਿਹੜੇ ਮਖੌਟੇ ਲੱਗੇ ਹੁੰਦੇ ਨੇ, ਅਤੇ ਜਦੋਂ ਇਹ ਇੱਕ ਕਮਰੇ ਦੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਦੁੱਖ ਸਾਂਝੇ ਕਰਦੇ ਨੇ ਕਿ ਇਹ ਕੰਮ ਹੋ ਤਾਂ ਗਿਆ ਪਰ ਲੋਕਾਂ ਨੇ ਬੜੀਆਂ ਲਾਹਣਤਾਂ ਪਾਈਆਂ, ਤਾਂ ਜ਼ਿੰਮੇਵਾਰੀ ਇੱਕ ਦੂਜੇ ਉੱਤੇ ਕਿੱਦਾਂ ਥੋਪ ਸਕਦੇ ਨੇ? ਸਾਰੇ ਦੇ ਸਾਰੇ ਬਰਾਬਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਉੱਤੇ ਲੈਂਦੇ ਨੇ ਅਤੇ ਫਿਰ ਬਾਅਦ ਦੇ ਵਿੱਚ ਇਹੀ ਕਹਿੰਦੇ ਨੇ ਜੋ ਹੋਇਆ ਇੱਕ ਦੂਜੇ ਦੀ ਰਜ਼ਾਮੰਦੀ ਦੇ ਨਾਲ ਹੀ ਹੋਇਆ। ਆਓ ਪਹਿਲਾਂ ਇਸ ਵੀਡੀਓ 'ਤੇ ਨਜ਼ਰ ਮਾਰਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ। ਰਾਤ ਨੂੰ ਸ਼ੁਰੂ ਕਰਦੇ ਹਾਂ ਪਰ ਰਾਤ ਨੂੰ ਕਰਨ ਕਰਕੇ ਥੋੜਾ ਗਿਆ ਆਪਾਂ ਪਰਿਵਾਰ ਦੇ ਬੰਦੇ ਬੈਠੇ ਹਾਂ, ਲੋਕੀ ਜਿਹੜੇ ਵਿਰੋਧੀ ਨੇ ਉਹਨਾਂ ਦੇ ਮਸਲਾ ਬਣਾ ਲਿਆ ਉਹਨੂੰ ਕਿ ਰਾਤ ਨੂੰ ਸ਼ੁਰੂ ਹੋਇਆ ਜੀ, ਕਿਉਂ ਹੋਇਆ ਜੀ, ਕੋਈ ਦੇਖਦਾ ਥੋੜਾ ਸਾਡੇ ਖਿਲਾਫ਼ ਬੋਲੇ ਆ, ਬਾਬੇ ਨੂੰ ਪਤਾ ਹੀ ਹੈ ਤੁਸੀਂ ਦੇਖਦਾ, ਮੈਂ ਜੋ ਮਰਜ਼ੀ ਬੋਲੋ ਬਾਬਾ ਜੀ ਦਾ ਸਾਥ ਦੇਵਾਂਗੇ, ਜੋ ਮਰਜ਼ੀ ਕਰੋ ਉਹਨਾਂ ਨੂੰ ਹੀ ਰਵਾਂਗੇ। ਮੇਰੀ ਫੋਟੋ ਤੇ ਟੈਲੀਫੋਨ ਪਾਤਾ, ਇਹਨਾਂ ਟੈਲੀਫੋਨ ਪੁਰਾਣਾ ਪਾਇਆ, ਮੇਰਾ ਨਵਾਂ ਪਾਤਾ ਜੀ, ਮੈਨੂੰ ਬਾਈ ਬੜੇ ਲੋਕੀ ਦੇ ਜਾਣ ਕਈਏ ਗੱਲਾਂ ਕਰਦੇ ਨੇ ਬੰਦੇ ਪੰਜ ਚਾਰ ਤਾਂ ਲੱਭੇ, ਉਮਰ ਕੇ ਮਾਰੀ ਮੰਗਣ ਲੱਗ ਪਏ, ਮੈਂ ਤਾਂ ਮੰਗ ਦਿਓ ਨਹੀਂ ਨਹੀਂ ਉਹਨੂੰ ਦੱਸੋ ਮੈਂ ਕਿੱਥੇ ਉਹਦੇ ਵਿੱਚ ਹੈ ਰਾਤ ਨੂੰ ਸ਼ੁਰੂ ਕਰਦੇ ਹਾਂ ਪਰ ਰਾਤ ਨੂੰ ਕਰਨ ਕਰਕੇ ਥੋੜਾ ਗਿਆ ਆਪਾਂ ਪਰਿਵਾਰ ਦੇ ਬੰਦੇ ਬੈਠੇ ਹਾਂ, ਲੋਕੀ ਜਿਹੜੇ ਵਿਰੋਧੀ ਨੇ ਉਹਨਾਂ ਦੇ ਮਸਲਾ ਬਣਾ ਲਿਆ ਉਹਨੂੰ ਕਿ ਰਾਤ ਨੂੰ ਸ਼ੁਰੂ ਹੋਇਆ ਜੀ, ਕਿਉਂ ਹੋਇਆ ਜੀ, ਕੋਈ ਦੇਖਦਾ ਥੋੜਾ ਸਾਡੇ ਖਿਲਾਫ਼ ਬੋਲੇ ਆ, ਬਾਬੇ ਨੂੰ ਪਤਾ ਹੀ ਹੈ ਤੁਸੀਂ ਦੇਖਦਾ, ਮੈਂ ਕਿਹਾ ਜੋ ਮਰਜ਼ੀ ਬੋਲੋ ਬਾਬਾ ਜੀ ਦਾ ਸਾਥ ਦੇਵਾਂਗੇ, ਜੋ ਮਰਜ਼ੀ ਕਰੋ ਉਹਨਾਂ ਨੂੰ ਹੀ ਰਵਾਂਗੇ। ਮੇਰੀ ਫੋਟੋ ਤੇ ਟੈਲੀਫੋਨ ਪਾਤਾ, ਇਹਨਾਂ ਟੈਲੀਫੋਨ ਪੁਰਾਣਾ ਪਾਇਆ, ਮੇਰਾ ਨਵਾਂ ਪਾਤਾ ਜੀ, ਮੈਨੂੰ ਬਾਈ ਬੜੇ ਲੋਕੀ ਦੇ ਜਾਣ ਕਈਏ ਗੱਲਾਂ ਕਰਦੇ ਨੇ ਬੰਦੇ ਪੰਜ ਚਾਰ ਤਾਂ ਲੱਭੇ, ਉਮਰ ਕੇ ਮਾਰੀ ਮੰਗਣ ਲੱਗ ਪਏ, ਮੈਂ ਤਾਂ ਮੰਗ ਦਿਓ ਨਹੀਂ ਨਹੀਂ ਉਹ ਚਿੱਠੀ ਦੱਸੋ ਮੈਂ ਕਿੱਥੇ ਉਹਦੇ ਵਿੱਚ ਹੈ ਜੀ ਹਾਂ। ਗੁਰੂ ਪਿਆਰੇ, ਇਹ ਵੀਡੀਓ ਵੇਖ ਕੇ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਏਗਾ ਕਿ SGPC ਦੇ ਵੱਲੋਂ ਜਿਹੜੀ ਕਮੇਟੀ ਗਠਿਤ ਕੀਤੀ ਗਈ ਹੈ ਕਿ ਆਖਿਰ ਦਰਸ਼ਨੀ ਡਿਓੜੀ ਕਿਉਂ ਤੋੜੀ ਗਈ, ਉਹ ਕਿੰਨੀ ਕੁ ਸੱਚਾਈ ਤੇ ਇਮਾਨਦਾਰੀ ਦੇ ਨਾਲ ਗਠਿਤ ਕੀਤੀ ਗਈ ਹੈ
ਤੇ ਇੱਥੇ ਹੀ ਇੱਕ ਹੋਰ ਚੀਜ਼ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਹੈ ਕਿ ਬੀਤੇ ਦਿਨੀ ਮੋਹਾਲੀ ਦੇ ਇੱਕ ਸਕੂਲ ਦੇ ਵਿੱਚ ਜਦੋਂ ਪ੍ਰਿੰਸੀਪਲ ਨੇ ਇਹ ਫਤਵਾ ਸੁਣਾਇਆ ਸੀ ਕੋਈ ਵੀ ਗੁਰਸਿੱਖ ਬੱਚਾ ਸਿਰ 'ਤੇ ਦਸਤਾਰ ਸਜਾ ਕੇ ਨਹੀਂ ਆਏਗਾ, ਕਕਾਰ ਪਾ ਕੇ ਨਹੀਂ ਆਏਗਾ, ਜੇ ਉਹਨਾਂ ਨੇ ਸਕੂਲ ਦੇ ਵਿੱਚ ਆਉਣਾ ਹੈ ਤਾਂ ਉਹ ਆਪਣੇ ਕੇਸ ਕਤਲ ਕਰਵਾ ਕੇ ਆਉਣਗੇ, ਜਿਸ ਦਾ ਵਿਰੋਧ ਯੂਨਾਈਟਿਡ ਸਿੱਖ ਪਾਰਟੀ ਨੇ ਰੱਜ ਕੇ ਕੀਤਾ ਸੀ, ਜਿਸ ਤੋਂ ਬਾਅਦ ਪ੍ਰਿੰਸੀਪਲ ਦੇ ਖਿਲਾਫ਼ ਪੁਲਿਸ ਤੱਕ ਕਾਰਵਾਈ ਕੀਤੀ ਗਈ ਸੀ ਅਤੇ SGPC ਨੇ ਉਸ ਸਕੂਲ ਅਤੇ ਪ੍ਰਿੰਸੀਪਲ ਦੇ ਖਿਲਾਫ਼ ਵੀ 3 ਜਾਣਿਆਂ ਦੀ ਇੱਕ ਜਾਂਚ ਕਮੇਟੀ ਗਠਿਤ ਕੀਤੀ ਸੀ, ਜਿਸ ਦੇ ਵਿੱਚ ਯੂਨਾਈਟਿਡ ਸਿੱਖ ਪਾਰਟੀ ਕੋਲੋਂ ਉਹਨਾਂ ਨੇ ਸਹਿਯੋਗ ਮੰਗਿਆ ਸੀ ਕਿ ਜਾਂਚ ਦੇ ਵਿੱਚ ਯੂਨਾਈਟਿਡ ਸਿੱਖ ਪਾਰਟੀ ਸਹਿਯੋਗ ਕਰੇ ਅਤੇ ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਜਪੂਰਾ ਨੇ ਸਾਫ਼ ਤੌਰ 'ਤੇ ਮਨ੍ਹਾ ਕਰ ਦਿੱਤਾ ਸੀ ਕਿ SGPC ਸਿਰਫ਼ ਅਤੇ ਸਿਰਫ ਝੂਠੀਆਂ ਕਮੇਟੀਆਂ ਬਣਾਉਣ ਵਾਸਤੇ ਹੀ ਕਾਰਜ ਕਰਦੀ ਹੈ, ਉਹਨਾਂ ਦੀ ਕਿਸੇ ਕਮੇਟੀ ਦਾ ਕੋਈ ਕਾਰਜ ਅੱਜ ਤੱਕ ਨੇਪਰੇ ਨਹੀਂ ਚੜ੍ਹਿਆ, ਇਸ ਕਰਕੇ ਉਹ ਇਸ ਕਮੇਟੀ ਦਾ ਸਹਿਯੋਗ ਨਹੀਂ ਕਰਨਗੇ, ਆਪਣੇ ਪੱਧਰ ਉੱਤੇ ਹੀ ਉਹਨਾਂ ਨੇ ਇਹ ਜੰਗ ਸ਼ੁਰੂ ਕੀਤੀ ਹੈ ਅਤੇ ਆਪਣੇ ਪੱਧਰ 'ਤੇ ਹੀ ਉਹ ਖਤਮ ਕਰਨਗੇ। ਅਤੇ ਇਹ ਵੀਡੀਓ ਵੇਖਣ ਤੋਂ ਬਾਅਦ ਕਿਤੇ ਨਾ ਕਿਤੇ ਇਹੀ ਜਾਪਦਾ ਹੈ ਕਿ ਜਸਵਿੰਦਰ ਸਿੰਘ ਰਾਜਪੂਰਾ ਦਾ ਫੈਸਲਾ ਬਿਲਕੁਲ ਸਹੀ ਹੈ, ਸਿਆਸੀ ਤਰ੍ਹਾਂ ਦੇ ਹੱਥ ਠੋਕੇ ਬਣਦਿਆਂ ਬਣਦਿਆਂ ਅਸੀਂ ਆਪਣੀਆਂ ਪੰਥਕ ਜ਼ਿੰਮੇਵਾਰੀਆਂ ਕਿਤੇ ਨਾ ਕਿਤੇ ਭੁੱਲ ਹੀ ਬੈਠੇ ਹਾਂ ਅਤੇ ਸਿਆਸੀ ਪਰਦੇ ਅਜਿਹੇ ਸਾਡੀਆਂ ਅੱਖਾਂ 'ਤੇ ਪਏ ਹੋਏ ਨੇ ਕਿ ਅਸੀਂ ਆਪਣੇ ਗੁਰੂਆਂ ਨਾਲ ਜੁੜੀਆਂ, ਆਪਣੇ ਸਿੰਘਾਂ ਨਾਲ ਜੁੜੀਆਂ, ਆਪਣੀਆਂ ਸ਼ਹਾਦਤਾਂ ਦੇ ਨਾਲ ਜੁੜੀਆਂ ਹੋਈਆਂ ਇਤਿਹਾਸਿਕ ਧਰੋਹਰਾਂ ਢਹਿ ਢੇਰੀ ਕਰਕੇ ਉੱਥੇ ਚਿੱਟੇ ਪੱਥਰ ਦੀਆਂ ਇਮਾਰਤਾਂ ਬਣਾਉਣ ਦੇ ਵਿੱਚ ਜੁਟੇ ਹੋਏ ਹਾਂ, ਤਾਂ ਜੋ ਕੱਲ੍ਹ ਨੂੰ ਸਾਡੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ, ਨਵੀਆਂ ਪਨੀਰੀਆਂ ਸਿੱਖ ਇਤਿਹਾਸ ਬਾਰੇ ਕੁਝ ਜਾਣ ਹੀ ਨਾ ਸਕਣ, ਉਹਨਾਂ ਨੂੰ ਸਿਰਫ਼ ਨਜ਼ਰ ਆਉਣ ਤਾਂ ਸੰਗਮਰਮਰ ਦੀਆਂ ਚਿੱਟੀਆਂ ਉੱਚੀਆਂ ਕੰਧਾਂ, ਸਾਫ਼ ਦੀਵਾਰਾਂ, ਕਦੇ ਨਜ਼ਰ ਹੀ ਨਾ ਆਉਣ ਕਿ ਕਿੱਥੇ ਗੋਲੀਆਂ ਚੱਲੀਆਂ ਸੀ, ਕਿੱਥੇ ਸਿੰਘ ਸ਼ਹੀਦ ਹੋਏ ਸੀ, ਕਿੱਥੇ ਗੁਰਾਂ ਨੇ ਹੱਥ ਰੱਖੇ ਸੀ, ਕਿੱਥੇ ਗੁਰਾਂ ਨੇ ਘੋੜੇ ਬੰਨੇ ਸੀ, ਕਿੱਥੇ ਗੁਰਾਂ ਦੇ ਚਰਨ ਪਏ ਸੀ ਅਤੇ ਕਿੱਥੇ ਗੁਰਾਂ ਨੇ ਕਿਸੇ ਦਾ ਸੋਧਾ ਲਾਇਆ ਸੀ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ, ਤਾਂ ਜੋ ਹਰ ਕਿਸੇ ਨੂੰ ਪਤਾ ਚੱਲ ਸਕੇ ਕਿ ਅਸਲੀ ਪੰਥ ਦਰਦੀ ਕੌਣ ਹੈ, ਅਸਲੀ ਪੰਥ ਦੁਖੀ ਕੌਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।